ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਰ ਰੋਜ਼ ਦੀ ਤਰ੍ਹਾਂ ਖਾਸ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਵੱਲੋਂ ਮਾਹਿਰ ਮਹਿਮਾਨ ਬੁਲਾਏ ਜਾਂਦੇ ਨੇ ਅਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ। ਧਾਲੀਵਾਲ ਸਾਹਿਬ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਉੱਪਰ ਵਿਚਾਰ ਚਰਚਾ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਾਣਯੋਗ ਸੁਪਰੀਮ ਕੋਰਟ ਨੇ ਦੀਵਾਲੀ ਦੇ ਉੱਪਰ ਪਟਾਕੇ ਚਲਾਉਣ ਦੇ ਲਈ ਸਮਾਂ ਨਿਰਧਾਰਿਤ ਕਰ ਦਿੱਤਾ ਹੈ। 2 ਘੰਟੇ ਦਾ ਸਮਾਂ ਦਿੱਤਾ ਗਿਆ ਹੈ, ਰਾਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਹੀ ਸਿਰਫ ਪਟਾਕੇ ਚਲਾਏ ਜਾਣਗੇ। ਧਾਲੀਵਾਲ ਸਾਹਿਬ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਨੂੰ? ਇਹ ਬੜਾ ਸ਼ਲਾਘਾਯੋਗ ਫੈਸਲਾ ਜੀ। ਉਹਦਾ ਕਾਰਨ ਇੱਕ ਤਾਂ ਇਹ ਹੈਗਾ ਕਿ ਸਾਡੇ ਪ੍ਰਦੂਸ਼ਣ ਨੂੰ ਬਹੁਤ ਫੈਲ ਰਹੀ ਹੈ ਜੀ। ਇੱਕ ਤਾਂ ਜੀਰੀ ਦੀ ਬੜਾਈ, ਜੋ ਧਾਨ ਦੀ ਬੜਾਈ ਹੈ, ਉਹ ਸ਼ੁਰੂ ਹੋ ਚੁੱਕੀ ਹੈ ਜੀ। ਦੂਸਰਾ ਉਹਦੇ ਨਾਲ ਨਾਲ ਇਸ ਤਰ੍ਹਾਂ ਵੀ ਹੈਗਾ ਕਿ ਕਹਿੰਦਾ ਦੁਸਹਿਰਾ ਹੋ ਕੇ ਹਟਿਆ ਹੋਣੀ ਥੋੜ੍ਹੇ ਦਿਨ ਪਹਿਲਾਂ, ਇਸ ਤੋਂ ਬਾਅਦ ਦੀਵਾਲੀ ਆਉਣੀ ਹੈ। ਤੋ ਕਈ ਚੀਜ਼ਾਂ ਮਿਲ ਕੇ ਜਿਹੜੀਆਂ ਕਿ ਪ੍ਰਦੂਸ਼ਣ ਬਹੁਤ ਵੱਧ ਜਾਂਦਾ ਹੈ, ਅਤੇ ਜੋ ਸੁਪਰੀਮ ਕੋਰਟ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਉਹ ਬਹੁਤ ਅੱਛੀਆਂ ਹਦਾਇਤਾਂ ਨੇ। ਉਹਨਾਂ ਵਿੱਚ ਉਹਨਾਂ ਨੇ ਸਮਾਂ ਨਿਰਧਾਰਿਤ ਕੀਤਾ ਹੈ ਕਿ 8 ਤੋਂ 10 ਵਜੇ ਤੱਕ ਪਟਾਕੇ ਚੱਲਣਗੇ। ਕੋਸ਼ਿਸ਼ ਹੋਵੇ ਕਿ ਗ੍ਰੀਨ ਪਟਾਕੇ ਹੀ ਚੱਲਣ ਜੀ, ਜਿਨ੍ਹਾਂ ਨਾਲ ਧੂੰਆਂ ਘੱਟ ਫੈਲੇ, ਪ੍ਰਦੂਸ਼ਣ ਘੱਟ ਫੈਲੇ, ਇਸ ਤਰ੍ਹਾਂ ਦੇ ਪਟਾਕੇ ਹੀ ਪਾਏ ਜਾਣ। ਦੂਸਰਾ ਉਹਨਾਂ ਨੇ ਇਹ ਕਿਹਾ, ਜੋ ਹਦਾਇਤ ਦਿੱਤੀ ਹੈ ਦਿੱਲੀ ਆਪਣਾ ਪੁਲਿਸ ਨੂੰ ਅਤੇ ਹੋਰ ਥਾਵਾਂ 'ਤੇ ਜਿਹੜੀ ਹਦਾਇਤ ਦਿੱਤੀ ਹੈ, ਉਹਦੇ ਵਿੱਚ ਇਹ ਕਿਹਾ ਗਿਆ ਕਿ ਇਸ ਲਈ ਸਾਰੇ ਜਿਹੜੇ ਪੁਲਿਸ ਕਰਮਚਾਰੀ ਹੈ, ਖਾਸ ਕਰਕੇ ਜਿਹੜੇ ਇਲਾਕੇ ਦੇ SHO ਹੋਣਗੇ, ਉਹ ਜ਼ਿੰਮੇਵਾਰ ਹੋਣਗੇ। ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਥਾਵਾਂ ਨਿਰਧਾਰਿਤ ਹੋਣਗੀਆਂ ਜਿੱਥੇ ਪਟਾਕੇ ਚਲਾਏ ਜਾਣਗੇ, ਅਤੇ ਇਸ ਤੋਂ ਇਲਾਵਾ ਜਿਹੜੇ ਪਟਾਕੇ ਦੁਕਾਨਦਾਰ ਵੇਚਣਗੇ ਉਹਨਾਂ ਨੂੰ ਬਕਾਇਦਾ ਲਾਇਸੈਂਸ ਜਾਰੀ ਹੋਣਗੇ। ਇਹ ਨਹੀਂ ਹੋਏਗਾ ਕਿ ਹਰੇਕ ਬੰਦਾ ਹੀ ਪਟਾਕੇ ਵੇਚੇਗਾ, ਹਰੇਕ ਬੰਦਾ ਹੀ ਆਪਣਾ ਕਿੰਦਾ ਦੁਕਾਨ ਲਾ ਕੇ ਬਹਿ ਜਾਏਗਾ। ਸਿਰਫ ਜਿਨ੍ਹਾਂ ਨੂੰ ਲਾਇਸੈਂਸ ਮਿਲੇਗਾ ਉਹੀ ਪਟਾਕੇ ਵੇਚਣਗੇ। ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਸੁਪਰੀਮ ਕੋਰਟ ਵੱਲੋਂ ਜਿਹੜਾ ਕੀਤਾ ਗਿਆ ਹੈ। ਇਹਦੇ ਨਾਲ ਇੱਕ ਕੰਟਰੋਲ ਹੋਏਗਾ, ਪ੍ਰਦੂਸ਼ਣ ਘਟੇਗੀ। ਤੁਹਾਨੂੰ ਤੁਸੀਂ ਦੇਖਦੇ ਹੋ ਕਿ ਦਿੱਲੀ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜਾ ਕਿ ਧੂੰਏ ਦੇ ਬੱਦਲ ਛਾ ਜਾਂਦੇ ਨੇ, ਖਾਸ ਕਰਕੇ ਜਦੋਂ ਸਰਦੀ ਦਾ ਮੌਸਮ ਹੁੰਦਾ ਹੈ, ਉੱਥੇ ਮਤਲਬ 4-5 ਵਜੇ ਸ਼ਾਮ ਨੂੰ ਹਨੇਰਾ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਬਹੁਤ ਕਠਿਨਾਈ ਹੁੰਦੀ ਹੈ, ਬੱਚਿਆਂ ਨੂੰ ਬੜੀ ਕਠਿਨਾਈ ਹੁੰਦੀ ਹੈ, ਇਸ ਨਾਲ ਬਿਮਾਰੀਆਂ ਵੀ ਬਹੁਤ ਫੈਲ ਰਹੀਆਂ ਨੇ। ਇਹ ਹੌਲੀ ਹੌਲੀ ਜਿਹੜਾ ਕੰਟਰੋਲ ਕਰਨ ਦਾ ਪ੍ਰਦੂਸ਼ਣ ਨੂੰ ਉਪਰਾਲਾ ਹੋ ਰਿਹਾ ਹੈ, ਇਹ ਬਹੁਤ ਹੀ ਅੱਛਾ ਕਦਮ ਹੈ। ਪਰਾਲੀ ਦਾ ਮੁੱਦਾ ਵੀ ਇਸ ਵੇਲੇ ਪੂਰਾ ਭਖਿਆ ਹੋਇਆ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਰ ਸਾਲ ਦਿੱਲੀ ਦੇ ਵਿੱਚ ਧੂੰਆਂ ਜਿਹੜਾ ਹੈ ਗੈਰ ਛਾ ਜਾਂਦੀ ਹੈ, ਇਸ ਸਮੇਂ ਵੀ ਕਈ ਇਲਾਕਿਆਂ ਦੇ ਵਿੱਚ ਗੈਰ ਛਾਈ ਹੋਈ ਹੈ। ਇਸ ਪਰਾਲੀ ਦੇ ਮੁੱਦੇ ਦੇ ਉੱਪਰ ਕੋਈ ਫੈਸਲਾ ਜਾਂ ਫਿਰ ਕੋਈ NGT ਦੇ ਵੱਲੋਂ ਕੋਈ ਪਹਿਲਕਦਮੀ ਕੀਤੀ ਗਈ ਹੋਵੇ? ਦੇਖੋ, ਪਰਾਲੀ 'ਤੇ ਜਿਹੜੀ ਇਹ ਸਾਰੀ ਪ੍ਰਦੂਸ਼ਣ ਆ ਨਾ, ਇੱਕ ਦੁਸਹਿਰਾ ਤਿਉਹਾਰ ਹੋ ਜਾਂਦਾ ਹੈ ਜੀ, ਇੱਕ ਇਧਰੋਂ ਝੋਨੇ ਦੀ ਕਟਾਈ ਹੋ ਜਾਂਦੀ ਹੈ, ਪਰਾਲੀ ਸਾਣ ਲੱਗ ਜਾਂਦੇ ਨੇ ਫਾਰਮਰ, ਦੂਸਰੇ ਪਾਸੇ ਦੀਵਾਲੀ ਆ ਜਾਂਦੀ ਹੈ। ਜੇ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਜਦੋਂ, ਉਹਨਾਂ ਕਰਕੇ ਜਿਹੜਾ ਇੱਕ ਪ੍ਰੋਬਲਮ ਆਉਂਦੀ ਹੈ, ਬਹੁਤ ਬੜੀ ਸਮੱਸਿਆ ਹੋ ਜਾਂਦੀ ਹੈ ਕਿ ਪ੍ਰਦੂਸ਼ਣ ਦਾ ਲੈਵਲ ਇੱਕੋਦਮ ਬਹੁਤ ਵੱਧ ਜਾਂਦਾ, ਖਾਸ ਕਰਕੇ ਸ਼ਹਿਰਾਂ ਵਿੱਚ ਜੀ। ਇਸ ਵਾਰ ਜਿਹੜੀ ਆਪਣਾ ਗ੍ਰੀਨ ਟ੍ਰਿਬਿਊਨਲ ਹੈਗਾ, ਉਸਨੇ ਬਹੁਤ ਸਾਰੀਆਂ ਸਖ਼ਤ ਹਦਾਇਤਾਂ ਦਿੱਤੀਆਂ ਨੇ, ਮਸ਼ੀਨਰੀ ਵੀ ਫਾਰਮਾਂ ਨੂੰ ਵੰਡੀ ਗਈ ਹੈ। ਇਸ ਵਾਰ ਜਿਹੜੀ ਪਰਾਲੀ ਤੁਸੀਂ ਦੇਖਿਆ ਹੋਣਾ, ਫਾਰਮਰ ਬਹੁਤ ਘੱਟ ਜਲਾ ਰਹੇ ਨੇ ਜੀ, ਪਿਛਲੇ ਸਾਲਾਂ ਨਾਲੋਂ ਤਕਰੀਬਨ ਜੋ ਹੁਣ ਤੱਕ ਰਿਪੋਰਟਾਂ ਆਈਆਂ ਨੇ, ਇਸ ਵਾਰ 70% ਰੁਝਾਨ ਘਟਿਆ ਪਰਾਲੀ ਜਲਾਉਣ ਦਾ। ਜ਼ਿੰਮੇਦਾਰਾਂ ਵਿੱਚ ਇੱਕ ਅਵੇਅਰਨੈਸ ਵੀ ਫੈਲਾਈ ਗਈ ਹੈ, ਉਹਨਾਂ ਨੂੰ ਦੱਸਿਆ ਵੀ ਗਿਆ ਕਿ ਪਰਾਲੀ ਜਲਾਉਣ ਦੇ ਕੀ ਨੁਕਸਾਨ ਨੇ, ਜ਼ਮੀਨ ਦਾ ਕੀ ਨੁਕਸਾਨ ਹੁੰਦਾ ਹੈ, ਆਪਣਾ ਹੋਰ ਕੀ ਇਸਦੇ ਨਾਲ ਬਿਮਾਰੀਆਂ ਕਿਸ ਤਰ੍ਹਾਂ ਫੈਲਦੀਆਂ ਨੇ। ਆਪਣੇ ਜਿਹੜੇ ਕਾਲਜ ਹੈਗੇ ਨੇ ਯੂਨੀਵਰਸਿਟੀਆਂ ਦੇ, ਉਹਨਾਂ ਦੇ ਬੱਚੇ ਜਿਹੜੇ NSS ਦੇ ਵਿਦਿਆਰਥੀ ਨੇ, ਉਹਨਾਂ ਨੇ ਵੀ ਪਿੰਡ ਪਿੰਡ ਜਾ ਕੇ ਇੱਕ ਮੁਹਿੰਮ ਚਲਾਈ ਹੈ, ਜ਼ਿੰਮੇਦਾਰਾਂ ਨੂੰ ਕਿ ਦੱਸਿਆ ਕਿ ਤੁਸੀਂ ਪਰਾਲੀ ਨਾਲ ਜਲਾਓ, ਪਰਾਲੀ ਜਲਾਉਣ ਨਾਲ ਬਹੁਤ ਸਾਰੇ ਨੁਕਸਾਨ ਹੁੰਦੇ ਜੀ। ਬਿਲਕੁਲ, ਉੱਧਰ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਇੱਕ ਵਾਰ ਫਿਰ ਹੁਣ ਝਟਕਾ ਲੱਗਾ ਹੈ। ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਧਾਲੀਵਾਲ ਸਾਹਿਬ, ਇਸ ਅਸਤੀਫੇ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਸੇਵਾ ਸਿੰਘ ਸੇਖਵਾਂ ਹੋਣੀ, ਰਤਨ ਸਿੰਘ ਅਜਨਾਲਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਹੋਣੀ ਪਿੱਛੇ ਜੇ ਬਾਗੀ ਸੁਰ ਲੈ ਕੇ ਸਾਹਮਣੇ ਆਏ ਸੀਗੇ, ਤਾਂ ਇਹਨਾਂ ਵਿੱਚੋਂ ਇੱਕ ਨੇ ਅਸਤੀਫਾ ਦੇ ਦਿੱਤਾ? ਦੇਖੋ, ਸ਼ੁਰੂਆਤ ਕੀਤੀ ਸੀ ਢੀਂਡਸਾ ਸਾਹਿਬ ਨੇ, ਸੁਖਦੇਵ ਸਿੰਘ ਢੀਂਡਸਾ ਜਿਹੜੇ ਸਭ ਤੋਂ ਪਹਿਲਾਂ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ। ਉਹਨਾਂ ਨੇ ਕਿਹਾ ਸੀ ਕਿ ਮੈਂ ਪਾਰਟੀ ਦੇ ਸਾਰੇ ਜਿਹੜੇ ਅਹੁਦੇ ਹੈਗੇ ਮੇਰੇ ਕੋਲ, ਉਹਨਾਂ ਤੋਂ ਮੈਂ ਅਸਤੀਫਾ ਦਿੰਦਾ ਹਾਂ ਜੀ। ਕਾਰਨ ਬੜਾ ਸਪਸ਼ਟ ਹੈਗਾ ਕਿ ਇਸ ਵੇਲੇ ਅਕਾਲੀ ਦਲ ਵਿੱਚ ਜਿਹੜੇ ਸੀਨੀਅਰ ਆਗੂ ਹੈਗੇ, ਉਹਨਾਂ ਵਿੱਚ ਬਹੁਤ ਵੱਡੀ ਨਿਰਾਸ਼ਤਾ ਚੱਲ ਰਹੀ ਹੈ, ਉਹਨਾਂ ਵਿੱਚ ਇੱਕ ਤਰ੍ਹਾਂ ਦੀ ਗੁੱਸੇ ਦੀ ਲਹਿਰ ਹੈਗੀ। ਉਹ ਜਿਹੜੀ ਕਿ ਜਿਹੜੀ ਅਕਾਲੀ ਲੀਡਰਸ਼ਿਪ ਹੈ, ਮੌਜੂਦਾ ਅਕਾਲੀ ਲੀਡਰਸ਼ਿਪ ਹੈਗੀ ਜਿਹੜੀ ਕਿ ਉਹਦੇ ਕੰਮ ਕਾਰ ਤੋਂ ਖੁਸ਼ ਨਹੀਂ ਹੈਗੇ। ਨਾ ਹੀ ਤਾਂ ਉਹ ਚਾਹੁੰਦੇ ਸੀ ਕਿ ਜਿਹੜੀਆਂ ਰੈਲੀਆਂ ਪਿਛਲੇ ਦਿਨਾਂ ਵਿੱਚ ਕੀਤੀਆਂ ਗਈਆਂ ਉਹ ਰੈਲੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਹੋਰ ਵੀ ਕਈ ਗੱਲਾਂ ਨੂੰ ਲੈ ਕੇ ਨਾਰਾਜ਼ਗੀ ਹੈਗੀ। ਕੁਛ ਉਹ ਚਾਹੁੰਦੇ ਨੇ ਕਿ ਜਿਹੜੀ ਪਾਰਟੀ ਦੇ ਵਿੱਚ ਬੜੇ ਸੁਧਾਰਾਂ ਦੀ ਲੋੜ ਹੈ, ਉਹ ਸੁਧਾਰ ਨਹੀਂ ਹੋ ਰਹੇ। ਇਸ ਕਰਕੇ ਜਿਹੜੇ ਮਾਝੇ ਦੇ 3 ਵੱਡੇ ਲੀਡਰ ਸੀਗੇ, ਉਹਨਾਂ 'ਚ ਸੇਵਾ ਸਿੰਘ ਸੇਖਵਾਂ ਸੀਗੇ, ਅਜਨਾਲਾ ਸਾਹਿਬ ਸੀਗੇ, ਅਤੇ ਕਹਿੰਦੇ ਆਪਣਾ ਇਹ ਬ੍ਰਹਮਪੁਰਾਈ ਸੀਗੀ। ਇਹ 3 ਪਿੱਛੇ ਇਹਨਾਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਸੀਗੀ, ਤੋ ਆਪਣਾ ਬ੍ਰਹਮਪੁਰਾ ਜੀ ਤਾਂ ਅਸਤੀਫਾ ਦਿੱਤਾ। ਉਹਨਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਹੈਗੀ ਆ। ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਲਈ ਕੰਮ ਕਰਦਾ ਰਹਾਂਗਾ, ਸਧਾਰਨ ਵਰਗ ਦੇ ਰੂਪ ਵਿੱਚ ਮੈਂ ਪਾਰਟੀ ਲਈ ਹਰ ਤਰ੍ਹਾਂ ਦਾ ਕੰਮ ਕਰਾਂਗਾ, ਮੈਂ ਪਾਰਟੀ ਦੇ ਜਿਹੜੇ ਉਮੀਦਵਾਰ ਖੜ੍ਹੇ ਹੋਣਗੇ ਉਹਨਾਂ ਲਈ ਵੀ
ਜਿਹੜੀ ਗੱਲ ਉਹਨੇ ਗੱਲ ਕੀਤੀ ਹੈ, ਜਿਹੜੀ ਗੱਲ ਉਹਨੇ ਆਪਣੀ ਨਾਰਾਜ਼ਗੀ ਸ਼ੋਅ ਕੀਤੀ ਹੈ, ਉਹ ਤੋਂ ਲੱਗਦਾ ਕਿ ਕੋਈ ਵੱਡੀਆਂ ਗੱਲਾਂ ਹੈਗੀਆਂ ਕੁਛ, ਜਿਨ੍ਹਾਂ ਕਰਕੇ ਇਹ ਮਾਝੇ ਦੇ ਜਿਹੜੇ ਵੱਡੇ ਲੀਡਰ ਹੈਗੇ ਉਹ ਪਾਰਟੀ ਦੀ ਲੀਡਰਸ਼ਿਪ ਆ ਜਿਹੜੀ ਪਾਰਟੀ ਦੇ ਮੁਖੀ ਨੇ ਉਹਨਾਂ ਤੋਂ ਨਾਰਾਜ਼ ਨੇ। ਬਿਲਕੁਲ, ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਦੋ ਗੱਲਾਂ ਜਿਹੜੀਆਂ ਮੁੱਖ ਰਹੀਆਂ। ਇੱਕ, ਉਹਨਾਂ ਨੇ ਆਖਿਆ ਕਿ ਮੈਂ ਲੋਕ ਸਭਾ ਦੀ ਚੋਣ ਨਹੀਂ ਲੜੂੰਗਾ। ਦੂਜੀ ਗੱਲ ਇਹ, ਉਹਨਾਂ ਆਖਿਆ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਪਾਰਟੀ ਨੂੰ ਚਲਾ ਰਹੇ ਆ, ਬੜੇ ਵਧੀਆ ਤਰੀਕੇ ਨਾਲ ਚਲਾ ਰਹੇ। ਇੱਕ ਵਿਅੰਗਮਈ ਤਰੀਕੇ ਨਾਲ ਉਹਨਾਂ ਨੇ ਜਿਹੜਾ ਆ ਉਹਨਾਂ ਦੇ ਉੱਪਰ ਤੰਜ ਕੱਸਿਆ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹਨਾਂ ਦੋਵਾਂ ਗੱਲਾਂ? ਦੇਖੋ, ਉਹਨਾਂ ਨੇ ਆਪਣੀ ਜਿਹੜਾ ਮਨ ਹੈਗਾ ਉਹਦੀ ਮਨ ਦਾ ਗੁਬਾਰ ਸੀਗਾ ਬਿਲਕੁਲ, ਉਹ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਕੱਢਿਆ ਹੈ ਜੀ। ਉਹਨਾਂ ਨੇ ਬੜੇ ਵਿਅੰਗਮਈ ਢੰਗ ਨਾਲ ਕਹਿੰਦਾ ਟਿੱਪਣੀਆਂ ਕੀਤੀਆਂ ਹੈਗੀਆਂ। ਉਹ ਟਿੱਪਣੀਆਂ ਨੂੰ ਸਾਰੇ ਜਿਹੜੇ ਸਿਆਸੀ ਬੰਦੇ ਨੇ ਸਮਝਦੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਪਿਛਲੇ ਸਮੇਂ 'ਚ ਦੌਰਾਨ ਜਿਹੜੀ ਕਿ ਮਾਝੇ ਵਿੱਚ ਜਿਹੜੀ ਜਦੋਂ ਅਕਾਲੀ ਦਲ ਦਾ ਰਾਜ ਸੀਗਾ, ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ, ਉਸ ਸਮੇਂ ਜਿਹੜੀ ਇਸ ਇਲਾਕੇ ਵਿੱਚ ਸਰਦਾਰੀ ਸੀਗੀ ਉਹ ਮਜੀਠੀ ਦੀ ਸੀ, ਸਾਰੀ ਕੰਟਰੋਲ ਹੀ ਉਹਦੇ ਕੋਲ ਸੀਗਾ। ਇਹ ਜਿਹੜੇ ਵੱਡੇ ਲੀਡਰ ਆਗੂ ਸੀਗੇ, ਖਾਸ ਕਰਕੇ ਬਰਮਪੁਰਾ ਜੀ ਕੀ ਹੁੰਦੇ ਆ, ਆਪਣਾ ਸੇਖਵਾਂ ਸਾਹਿਬ ਅਤੇ ਕੀ ਹੁੰਦੇ ਆ ਜਨਰਲ ਸਾਹਿਬ, ਇਹ ਉਸ ਸਮੇਂ ਤੋਂ ਹੀ ਨਾਰਾਜ਼ ਸੀਗੇ ਕਿਉਂਕਿ ਉਹਨਾਂ ਦੀ ਬਹੁਤੀ ਉਸ ਨਾ ਤਾਂ ਪਾਰਟੀ 'ਚ ਪੁੱਛਗਿੱਛ ਸੀਗੀ, ਨਾ ਹੀ ਕਹਿੰਦਾ ਸਰਕਾਰੀ ਪੱਧਰ 'ਤੇ ਕੋਈ ਬਹੁਤੀ ਪੁੱਛਗਿੱਛ ਸੀਗੀ। ਇਸ ਕਰਕੇ ਉਹ ਜਿਹੜੀ ਨਾਰਾਜ਼ਗੀ ਆ ਹੁਣ ਸਾਹਮਣੇ ਆ ਗਈ ਹੈ ਅਤੇ ਇਸ ਕਰਕੇ ਇਹਨਾਂ ਨੇ ਅਸਤੀਫਾ ਦਿੱਤਾ ਹੈ। ਅਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਕੋਈ ਇਸ ਤਰ੍ਹਾਂ ਦੀਆਂ ਕੀ ਹੁੰਦਾ ਡਿਵੈਲਪਮੈਂਟਸ ਹੋ ਸਕਦੀਆਂ, ਆਉਣ ਵਾਲੇ ਦਿਨਾਂ 'ਚ ਹੋਰ ਵੀ ਕੁਛ ਆਗੂਆਂ ਦੀ ਅਸਤੀਫੇ। ਜੇ ਇਹ ਲੋਕ ਸਭਾ ਦੀ ਚੋਣ ਇਸ ਵਾਰ ਨਹੀਂ ਲੜਦੇ ਤਾਂ ਪਾਰਟੀ ਨੂੰ ਨੁਕਸਾਨ ਹੋ ਸਕਦਾ, ਕਿਉਂਕਿ ਟਕਸਾਲੀ ਲੀਡਰ ਆ, ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਪੁਰਾਣੇ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ। ਬਿਲਕੁਲ ਹੋ ਸਕਦਾ ਹੈ, ਖਾਸ ਕਰਕੇ ਮਾਝੇ ਦੇ ਬਹੁਤ ਵੱਡੇ ਆਗੂ ਰਹੇ ਨੇ, ਪਿਛਲੇ 50 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਨੇ ਅਤੇ ਇਹਨਾਂ ਦੀ ਜਾਣ ਨਾਲ ਕੀ ਹੁੰਦਾ, ਇਹਨਾਂ ਦਾ ਪਾਰਟੀ ਨਾਲ ਨਾਰਾਜ਼ ਹੋਣ 'ਤੇ ਪਾਰਟੀ 'ਤੇ ਅਸਰ ਤਾਂ ਜ਼ਰੂਰ ਪਏਗਾ। ਠੀਕ ਹੈ ਕਿ ਉਹਨਾਂ ਦੀ ਉਮਰ ਬਹੁਤ ਹੋ ਚੁੱਕੀ ਹੈ, ਹੁਣ 80 ਸਾਲ ਤੋਂ ਉੱਪਰ ਉਮਰ ਹੋ ਚੁੱਕੀ ਹੈ, ਸ਼ਾਇਦ ਉਹ ਚੋਣ ਤਾਂ ਨਾ ਲੜਨ, ਪਰ ਉਹਨਾਂ ਦਾ ਜਿਹੜਾ ਬੇਟਾ ਹੈਗਾ ਪਿੱਛੇ ਉਹ ਚੋਣ ਲੜਿਆ ਸੀਗਾ, ਉਹਨੇ ਚੋਣ ਜਿੱਤੀ ਵੀ ਸੀਗੀ ਇੱਕ ਵਾਰ। ਸੋ ਇਹ ਤਾਂ ਗੱਲ ਠੀਕ ਹੈ ਕਿ ਉਹਨਾਂ ਦੀ ਉਮਰ ਕਾਫੀ ਹੋ ਚੁੱਕੀ ਹੈ, ਪਰ ਇਹਨਾਂ ਆਗੂਆਂ ਦੀ ਜਿਹੜੀ ਨਿਰਾਸ਼ਤਾ ਹੈ ਉਹਦੇ ਨਾਲ ਪਾਰਟੀ 'ਤੇ ਆਉਣ ਸਮੇਂ 'ਤੇ ਅਸਰ ਪੈ ਸਕਦਾ। ਜੀ ਬਿਲਕੁਲ। ਅਤੇ ਉੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਜ਼ਰਾਈਲ ਦੌਰੇ 'ਤੇ ਨੇ, ਉੱਥੋਂ ਦੇ ਰਾਸ਼ਟਰਪਤੀ ਦੇ ਨਾਲ 4 ਸਮਝੌਤਿਆਂ ਦੇ ਉੱਪਰ ਹਸਤਾਖਸ਼ ਕੀਤੇ ਉਹਨਾਂ ਨੇ। ਧਾਲੀਵਾਲ ਸਾਹਿਬ, ਇਹ ਸਮਝੌਤੇ ਕਿਹੜੇ ਨੇ ਅਤੇ ਇਸ ਦੇ ਨਾਲ ਪੰਜਾਬ ਨੂੰ ਕੀ ਫਾਇਦਾ ਹੋਣ ਵਾਲਾ ਹੈ? ਦੇਖੋ ਜੀ, ਸਭ ਤੋਂ ਵੱਡਾ ਜਿਹੜਾ ਸਮਝੌਤਾ ਉਹਨਾਂ ਨੇ ਕੀਤਾ ਉਹ ਹੈਗਾ ਪਾਣੀ ਬਾਰੇ ਜੀ। ਸਾਡਾ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਬਹੁਤ ਕਹਿੰਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਪਾਣੀ ਦਾ ਜਿਹੜਾ ਸਤਰ ਆ ਉਹ ਬਹੁਤ ਥੱਲੇ ਜਾ ਰਿਹਾ, ਉਹਦੇ ਕਰਕੇ ਜਿਹੜੀ ਜ਼ਿਮੀਂਦਾਰਾਂ ਨੂੰ ਬਹੁਤ ਕਹਿੰਦਾ ਮੁਸ਼ਕਲਾਂ ਪੇਸ਼ ਆ ਰਹੀਆਂ ਨੇ। ਜਿਹੜਾ ਇਜ਼ਰਾਈਲ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਕਿ ਪਾਣੀ ਦੀ ਬੜੀ ਹੀ ਅੱਛੇ ਢੰਗ ਨਾਲ ਵਰਤੋਂ ਹੁੰਦੀ ਹੈ, ਹਾਲਾਂਕਿ ਉਹਨਾਂ ਕੋਲ ਆਪਣੇ ਕੋਲ ਉਹ ਰੇਗਿਸਤਾਨ ਵਾਂਗੂ ਇਲਾਕਾ ਹੈਗਾ, ਉਹਨਾਂ ਕੋਲ ਆਪਣਾ ਪਾਣੀ ਬਹੁਤ ਘੱਟ ਹੈਗਾ, ਪਰ ਫਿਰ ਵੀ ਉਹਨਾਂ ਨੇ ਸਮੁੰਦਰ ਤੋਂ ਲੈ ਕੇ ਪਾਣੀ ਉਹਨਾਂ ਨੇ ਇਸ ਤਰ੍ਹਾਂ ਪਾਣੀ ਦਾ ਜਿਹੜਾ ਪ੍ਰਯੋਗ ਕਰਦੇ ਨੇ ਇਹ ਕਿ ਉਹ ਇੱਕ ਇੱਕ ਜਿਹੜਾ ਪਾਣੀ ਦਾ ਤੁਬਕਾ ਹੈਗਾ ਕਿ ਪਾਣੀ ਦਾ ਜਿਹੜਾ ਡਰੋਪ ਹੈਗਾ ਉਸ ਨੂੰ ਵੀ ਬੜੇ ਮਤਲਬ ਯੋਗ ਢੰਗ ਨਾਲ ਵਰਤਦੇ ਨੇ। ਉਹਨਾਂ ਨੇ ਡ੍ਰਿਪ ਇਰੀਗੇਸ਼ਨ ਸਾਰੀ ਸ਼ੁਰੂ ਕੀਤੀ ਹੋਈ ਹੈ ਇਜ਼ਰਾਈਲ ਨੇ, ਇਸ ਕਰਕੇ ਉਹਨਾਂ ਦੀ ਬਹੁਤ ਵੱਡੀ ਮਹਾਰਤ ਹੈ ਸਾਡੇ ਖੇਤੀ ਸੈਕਟਰ ਵਿੱਚ, ਸਾਡੇ ਖੇਤੀ ਖੇਤਰ ਵਿੱਚ ਉਹ ਬਹੁਤ ਵੱਡੀ ਮਦਦ ਕਰ ਸਕਦੇ ਨੇ, ਡ੍ਰਿਪ ਇਰੀਗੇਸ਼ਨ ਲਿਆ ਸਕਦੇ ਨੇ, ਹੋਰ ਇਸ ਤਰ੍ਹਾਂ ਦੀਆਂ ਪਾਣੀ ਦੀ ਕਿਸ ਤਰ੍ਹਾਂ ਸੰਭਾਲ ਕਰਨੀ ਆ ਉਹ ਸਾਨੂੰ ਦੱਸ ਸਕਦੇ ਨੇ। ਇੱਕ ਤਾਂ ਇਹ ਸਮਝੌਤਾ ਹੋਇਆ, ਦੂਸਰਾ ਸਮਝੌਤਾ ਜਿਹੜਾ ਖੇਤੀਬਾੜੀ ਬਾਰੇ ਹੋਇਆ ਹੈਗਾ, ਖੇਤੀਬਾੜੀ 'ਚ ਵਿਭਿੰਨਤਾ ਕਿਵੇਂ ਲਿਆਉਂਦੀ ਜਾਵੇ। ਇਸ ਵੇਲੇ ਅਸੀਂ ਝੋਨੇ ਦੀ ਅਤੇ ਆਪਣਾ ਕਣਕ ਦੀ ਖੇਤੀ ਕਰਦੇ ਹਾਂ, ਸਾਡੀ ਕੋਸ਼ਿਸ਼ ਹੈ ਕਿ ਝੋਨੇ ਦੀ ਖੇਤੀ ਤੋਂ ਕਿਨਾਰਾ ਕੀਤਾ ਜਾਵੇ, ਕੋਈ ਫਲਾਂ ਦੀ ਖੇਤੀ ਸ਼ੁਰੂ ਕੀਤੀ ਜਾਵੇ। ਫਲਾਂ ਦੀ ਖੇਤੀ ਵਿੱਚ ਜਿਹੜਾ ਇਜ਼ਰਾਈਲ ਹੈਗਾ ਉਹ ਬਹੁਤ ਅੱਗੇ ਹੈਗਾ, ਤਾਂ ਲੱਗਦਾ ਕਿ ਜੇ ਉੱਥੋਂ ਟੈਕਨੋਲੋਜੀ ਟ੍ਰਾਂਸਫਰ ਹੁੰਦੀ ਹੈ ਸਾਨੂੰ ਇਜ਼ਰਾਈਲ ਤੋਂ, ਤਾਂ ਕੀ ਹੁੰਦਾ ਸਾਡੀ ਜ਼ਿਮੀਂਦਾਰਾਂ ਦੀ ਬਹੁਤ ਮਦਦ ਹੋਏਗੀ, ਅਸੀਂ ਇੱਕ ਖੇਤੀ ਵਿੱਚ ਨਵੀਂ ਵਿਭਿੰਨਤਾ ਵੀ ਲਿਆ ਸਕਾਂਗੇ। ਤੀਸਰਾ ਜਿਹੜਾ ਸਮਝੌਤਾ ਹੈਗਾ ਉਹ ਹੈਗਾ ਸਿਕਿਉਰਿਟੀ ਬਾਰੇ, ਜਿਹੜੀ ਅੰਦਰੂਨੀ ਸੁਰੱਖਿਆ ਬਾਰੇ ਹੈਗਾ। ਉੱਥੋਂ ਦੀ ਜਿਹੜੀ ਲੋਕ ਨੇ, ਉੱਥੋਂ ਦੀ ਜਿਹੜੀ ਪੁਲਿਸ ਆ ਉਹ ਬਹੁਤ ਮਾਹਰ ਹੈ, ਉਹਨਾਂ ਕੋਲ ਬਹੁਤ ਨਵੀਂ ਟੈਕਨੋਲੋਜੀ ਹੈ, ਕਿਵੇਂ ਸੁਰੱਖਿਆ ਦੇ ਇੰਤਜ਼ਾਮ ਕਰਨੇ ਹੈਗੇ ਨੇ, ਕਿਵੇਂ ਕਹਿੰਦਾ ਕਮਿਊਨੀਕੇਸ਼ਨ ਦੇ, ਉਹਨਾਂ ਕੋਲ ਬੜੇ ਮਾਡਰਨ ਸਾਧਨ ਹੈਗੇ ਨੇ, ਉਹਨਾਂ ਦਾ ਵੀ ਉਹ ਕਹਿੰਦਾ ਉਹ ਵੀ ਇਹ ਸਾਡੀ ਸਪੋਰਟ ਕਰਨਗੇ, ਸਾਡੀ ਮਦਦ ਕਰਨਗੇ ਪੰਜਾਬ ਸਰਕਾਰ ਦੀ। ਤੋ CM ਸਾਹਮਣੇ ਇੱਕ ਸੁਰੱਖਿਆ ਬਾਰੇ ਵੀ ਸਮਝੌਤਾ ਉਹਨਾਂ ਕੀਤਾ ਗਿਆ ਜੀ। ਇਸੇ ਦੌਰੇ ਦਾ ਜੇ ਦੂਜਾ ਪੱਖ ਦੇਖਿਆ ਜਾਵੇ ਤਾਂ ਅਕਾਲੀ ਦਲ ਇਹ ਕਹਿ ਰਿਹਾ ਕਿ ਅੰਮ੍ਰਿਤਸਰ ਰੇਲ ਹਾਦਸਾ ਹੋਇਆ, ਅੰਮ੍ਰਿਤਸਰ ਰੋ ਰਿਹਾ ਹੈ, ਪੂਰਾ ਪੰਜਾਬ ਜਿਹੜਾ ਅਫਸੋਸ 'ਚ ਡੁੱਬਿਆ ਪਿਆ, ਅਤੇ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਦੌਰੇ ਕਰਨ ਨਿਕਲੇ ਹੋਏ? ਨਹੀਂ ਦੇਖੋ, ਇਹ ਦੌਰਾ ਪਹਿਲਾਂ ਤੋਂ ਤੈਅ ਸੀਗਾ ਜੀ, ਇਹ ਦੌਰੇ ਦਾ ਤਾਂ ਪਹਿਲਾਂ 25 ਮਤਲਬ ਇੱਕ ਮਹੀਨਾ ਪਹਿਲਾਂ ਹੀ ਐਲਾਨ ਹੋ ਗਿਆ ਸੀਗਾ ਕਿ ਉਹਨਾਂ ਨੇ CM ਸਾਹਿਬ ਨੇ ਜਾਣਾ ਹੈ। ਬਹੁਤ ਸਾਰੀਆਂ ਮੀਟਿੰਗਾਂ ਵੀ ਉੱਥੇ ਰੱਖੀਆਂ ਹੋਈਆਂ ਸੀਗੀਆਂ, ਉਹਨਾਂ ਨੇ ਉੱਥੋਂ ਦੇ ਪ੍ਰੈਜੀਡੈਂਟ ਨੂੰ ਵੀ ਮਿਲਣਾ ਸੀਗਾ ਇਜ਼ਰਾਈਲ ਨੂੰ, ਤਾਂ ਸਾਰੀਆਂ ਮੀਟਿੰਗਾਂ ਤਾਂ ਮੇਰਾ ਖਿਆਲ ਹੈ ਕਿ CM ਸਾਹਿਬ ਇੱਕ ਦਿਨ ਪਹਿਲਾਂ ਆ ਗਏ ਸੀ, ਉੱਥੇ ਜਿਹੜਾ ਇਹ ਕ੍ਰਿਟਿਸਿਜ਼ਮ ਹੋਇਆ ਜਾਂ ਇਹ ਮਤਲਬ ਸਾਰਾ ਜਿਹੜਾ ਕੀ ਹੁੰਦਾ ਹੋ ਰਿਹਾ ਹੈ, ਇਹ ਬਹੁਤਾ ਮੈਨੂੰ ਲੱਗਦਾ ਹੈ ਕਿ ਢੁਕਵਾਂ ਨਹੀਂ, ਕਿਉਂਕਿ ਜਿਹੜੇ ਸਰਕਾਰ ਦੇ ਮੰਤਰੀ ਨੇ ਅਤੇ ਸਰਕਾਰ ਦੇ ਅਫਸਰ ਹੈਗੇ ਨੇ ਅੰਮ੍ਰਿਤਸਰ ਵਿੱਚ ਬੈਠੇ ਨੇ। ਕੱਲ੍ਹ ਉਹਨਾਂ ਨੇ ਕੀ ਹੁੰਦਾ ਜਿਹੜੇ
ਉਹਨਾਂ ਨੂੰ ਕਹਿੰਦੇ ਆਪਣਾ ਸਹਾਇਤਾ ਦਿੱਤੀ ਹੈ, ਮਾਲੀ ਸਹਾਇਤਾ ਦਿੱਤੀ ਹੈ। ਇਸ ਤੋਂ ਬਿਨਾਂ ਜਿਹੜੇ ਕਹਿੰਦੇ ਦੂਸਰੇ ਆਪਣਾ ਉੱਥੇ 3-4 ਮੰਤਰੀ ਵੀ ਕੈਂਪ ਕਰ ਰਹੇ ਨੇ। ਸੋ ਮੈਨੂੰ ਲੱਗਦਾ ਕਿ CM ਸਾਹਿਬ ਨੇ ਇੱਕ ਵਾਰੀ ਇੱਥੇ ਆ ਕੇ ਅੰਮ੍ਰਿਤਸਰ, ਉਦੋਂ ਬਾਅਦ ਆਪਣੇ ਸਾਰੇ ਅਫਸਰਾਂ ਨੂੰ ਇੰਸਟਰਕਸ਼ਨ ਦੇ ਕੇ, ਹਦਾਇਤਾਂ ਦੇ ਕੇ, ਉੱਥੋਂ ਵੀ ਉਹ ਵੀਡੀਓ ਕਾਨਫਰੰਸ ਰਾਹੀਂ ਵੀ ਇਨ ਟੱਚ ਨੇ ਆਪਣੇ ਸੀਨੀਅਰ ਅਫਸਰਾਂ ਨਾਲ। ਸੋ ਮੈਨੂੰ ਲੱਗਦਾ ਕਿ ਜਿਹੜਾ ਕ੍ਰਿਟਿਸਿਜ਼ਮ ਹੈ ਉਹ ਸਿਆਸੀ ਪਾਰਟੀਆਂ ਨੂੰ ਆਦਤ ਹੁੰਦੀ ਹੈ ਕਿ ਆਪਣੇ ਜਿਹੜੀ ਸਰਕਾਰ ਹੈਗੀ ਉਹਦਾ ਕਿਸੇ ਨਾ ਕਿਸੇ ਢੰਗ ਨਾਲ ਤਾਂ ਉਹਦੀ ਆਲੋਚਨਾ ਕਰਨੀ ਹੁੰਦੀ ਹੈ। ਜੀ ਬਿਲਕੁਲ। ਅਤੇ ਉੱਧਰ ਦਿੱਲੀ ਹਾਈ ਕੋਰਟ ਨੇ CBI ਮਾਮਲੇ ਦੇ ਵਿੱਚ ਅਸਥਾਨਾ ਦੀ ਗ੍ਰਿਫਤਾਰੀ ਨੂੰ ਲੈ ਕੇ 29 ਤਰੀਕ ਤੱਕ ਤਰੀਕ ਜਿਹੜੀ ਹੈ ਉਹ ਨਿਰਧਾਰਿਤ ਕਰ ਦਿੱਤੀ ਹੈ, ਚਾਹੇ ਜਾਂ ਕਹਿ ਸਕਦੇ ਹਾਂ ਕਿ ਰੋਕ ਲਗਾ ਦਿੱਤੀ ਹੈ। ਧਾਲੀਵਾਲ ਸਾਹਿਬ, ਇਹ ਮਾਮਲਾ ਕੀ ਹੈਗਾ ਸਾਰਾ? ਦੇਖੋ, ਇਹ ਬੜਾ ਮੰਦਭਾਗਾ ਹੈਗਾ ਕਿ ਦੇਸ਼ ਦੀ ਸਭ ਤੋਂ ਵੱਡੀ ਇਹ ਏਜੰਸੀ ਹੈਗੀ CBI, ਜਦੋਂ ਵੀ ਕੋਈ ਵੱਡੀ ਕਹਿੰਦਾ ਕੋਈ ਆਪਣਾ ਜਾਂਚ ਕਰਨੀ ਹੁੰਦੀ ਹੈ ਤਾਂ ਸਾਰੀਆਂ ਸਟੇਟ ਸਰਕਾਰਾਂ ਵੀ ਰਾਜ ਸਰਕਾਰਾਂ ਵੀ ਚਾਹੁੰਦੀਆਂ ਕਿ ਸਾਰੇ ਇਹ ਵੱਡੇ ਜਿਹੜੇ ਕੇਸ ਹੈ CBI ਨੂੰ ਦਿੱਤੇ ਜਾਣ। ਕੇਂਦਰ ਸਰਕਾਰ ਦੀ ਵੀ ਇਹ ਪ੍ਰਮੁੱਖ ਏਜੰਸੀ ਹੈਗੀ, ਉਹਨਾਂ ਦੇ ਜਿਹੜੇ ਦੋ ਟੌਪ ਬੌਸ ਹੈ ਜੀ, ਇੱਕ CBI ਦਾ ਜਿਹੜਾ ਮੁਖੀ ਹੈਗੇ ਨੇ ਅਲੋਕ ਵਰਮਾ ਜੀ, ਅਤੇ ਦੂਸਰਾ ਉਹਨਾਂ ਦਾ ਰਾਕੇਸ਼ ਅਸਥਾਨਾ ਨੰਬਰ 2 ਨੇ, ਉਹਨਾਂ 'ਚ ਆਪਸ ਵਿੱਚ ਬਹੁਤ ਲੜਾਈ ਚੱਲ ਰਹੀ ਹੈ ਜੀ। ਪਿਛਲੇ ਦਿਨਾਂ 'ਚ ਰਾਕੇਸ਼ ਅਸਥਾਨਾ ਦੇ ਖਿਲਾਫ਼ ਕੇਸ ਵੀ ਰਜਿਸਟਰ ਹੋਇਆ ਹੈਗਾ, ਅਤੇ ਕੋਈ ਇੱਕ ਬੰਦੇ ਨੂੰ ਫੜ ਵੀ ਲਿਆ ਗਿਆ ਉਹਨਾਂ ਦਾ, ਜਿਹਦੇ ਨਾਲ ਕੋਈ ਇੱਕ ਬੰਦਾ ਹੋਰ ਅਫਸਰ ਅਟੈਚ ਸੀਗਾ ਉਹਨੂੰ ਫੜ ਵੀ ਲਿਆ ਗਿਆ, ਉਹ 7 ਦਿਨਾਂ ਦਾ ਰਿਮਾਂਡ ਵੀ ਹੋਇਆ। ਤੋ ਇਹ ਬਹੁਤ ਮੰਦਭਾਗਾ ਹੈਗਾ। ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ 1 ਦਿਨ ਪਹਿਲਾਂ ਮੀਟਿੰਗ ਬੁਲਾਈ ਸੀ ਦੋਨਾਂ ਅਫਸਰਾਂ ਨੂੰ ਬੁਲਾਇਆ ਸੀਗਾ ਕਿ ਤੁਸੀਂ ਕਿਉਂ, ਤੁਹਾਡੇ 'ਚ ਕਿਉਂ ਲੜਾਈ ਹੈ, ਮੈਨੂੰ ਦੱਸੋ ਸਾਰਾ। ਉੱਧਰੋਂ ਜਿਹੜਾ ਸੈਂਟਰਲ ਵਿਜੀਲੈਂਸ ਕਮਿਸ਼ਨ ਹੈਗਾ ਉਸਨੇ ਵੀ ਕਹਿੰਦਾ ਰਿਪੋਰਟ ਮੰਗੀ ਹੈ, ਉਹਨੇ ਵੀ ਕਹਿੰਦਾ ਸਾਰਿਆਂ ਦੀਆਂ ਫਾਈਲਾਂ ਮੰਗੀਆਂ ਹੈਗੀਆਂ। ਤੋ ਇਹ ਦੇਸ਼ ਲਈ ਬਹੁਤ ਮੰਦਭਾਗਾ ਹੈਗਾ ਕਿ ਇੱਕ ਦੇਸ਼ ਦੀ ਸਭ ਤੋਂ ਵੱਡੀ ਪ੍ਰਮੁੱਖ ਏਜੰਸੀ ਆ, ਉਹਦੇ ਜਿਹੜੇ ਟੌਪ ਬੌਸ ਹੈ ਉਹ ਆਪਸ 'ਚ ਇਸ ਤਰ੍ਹਾਂ ਲੜ ਰਹੇ ਨੇ, ਜਿਹੜਾ ਕਿ ਉਹ ਬੜਾ ਇੱਕ ਗਲਤ ਮੈਸੇਜ ਆ ਰਿਹਾ ਇਹਦੇ ਨਾਲ। ਇਸੇ ਨਾਲ ਮਤਲਬ ਇਹਦਾ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਸਟੇਟ ਸਰਕਾਰਾਂ ਵਿੱਚ ਸਟੇਟ ਦੀਆਂ ਜਿਹੜੀ ਪੁਲਿਸ ਏਜੰਸੀਆਂ 'ਤੇ ਉਹਨਾਂ 'ਤੇ ਵੀ ਅਸਰ ਪੈ ਸਕਦਾ ਹੈ ਜੀ। ਇਸ ਨੂੰ ਰੋਕਣਾ ਚਾਹੀਦਾ ਮੇਰਾ ਖਿਆਲ ਹੈ ਕਿ, ਅਤੇ ਕਹਿੰਦਾ ਚਾਹੀਦਾ ਤਾਂ ਇਹ ਸੀਗਾ ਕਿ ਜਿਹੜੀ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਦੋਨਾਂ ਅਫਸਰਾਂ ਨੂੰ ਕਹਿੰਦੇ ਵੀ ਜਾਂ ਤਾਂ ਤੁਸੀਂ ਠੀਕ ਤਰ੍ਹਾਂ ਬਿਹੇਵ ਕਰੋ, ਵਰਤਾਓ ਕਰੋ, ਨਹੀਂ ਤਾਂ ਫਿਰ ਤੁਸੀਂ ਆਪਣਾ ਸਥਾਨ ਛੱਡ ਕੇ ਕਿਤੇ ਉਹਨਾਂ ਨੂੰ ਹੋਰ ਪੋਸਟ ਕਰ ਦਿੱਤਾ ਜਾਣਾ ਚਾਹੀਦਾ ਸੀ ਜੀ। ਬਿਲਕੁਲ। ਅਤੇ ਉੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਰੁੱਸਿਆਂ ਨੂੰ ਮਨਾਉਣ ਦੀ ਕਵਾਇਤ ਸ਼ੁਰੂ ਹੋ ਚੁੱਕੀ ਹੈ। ਭਗਵੰਤ ਮਾਨ ਸਣੇ 5 ਆਗੂ ਸੁਖਪਾਲ ਸਿੰਘ ਖਹਿਰਾ ਧੜੇ ਨੂੰ ਮਨਾਉਣ ਪਹੁੰਚੇ, ਇਸ ਮੀਟਿੰਗ ਦੇ ਵਿੱਚ ਕੀ ਸਿੱਟੇ ਨਿਕਲੇ? ਦੇਖੋ, ਕਾਫੀ ਦੇਰ ਤੋਂ ਇਹ ਗੱਲਬਾਤ ਤਾਂ ਚੱਲ ਰਹੀ ਸੀਗੀ ਕਿ ਜਿਹੜੇ ਦੋ ਰੁੱਸੇ ਹੋਏ ਧੜੇ ਆ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਹਿਲਾਂ ਤਾਂ ਕੋਸ਼ਿਸ਼ ਨਹੀਂ ਹੋਈ ਕਾਫੀ ਦੇਰ ਤੋਂ, ਕਹਿੰਦਾ ਸੁਖਪਾਲ ਖਹਿਰਾ ਧੜਾ ਜਿਹੜਾ ਹੈਗਾ ਉਹ ਉਡੀਕ ਕਰ ਰਿਹਾ ਸੀਗਾ ਕਿ ਕੋਈ ਨਾ ਕੋਈ ਦਿੱਲੀ ਤੋਂ ਕੇਜਰੀਵਾਲ ਸਾਹਿਬ ਜਾਂ ਸਿਸੋਡੀਆ ਸਾਹਿਬ ਕੋਈ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨਗੇ, ਪਰ ਹੁਣ ਅਖੀਰ ਵਿੱਚ ਗੱਲਬਾਤ ਸ਼ੁਰੂ ਹੋਈ ਕਿਉਂਕਿ ਇਲੈਕਸ਼ਨ ਨੇੜੇ ਆ ਰਹੀਆਂ ਨੇ ਜੀ, ਲੋਕ ਸਭਾ ਦੀਆਂ ਇਲੈਕਸ਼ਨ ਨੇੜੇ ਆ ਰਹੀਆਂ ਨੇ। ਇਸ ਕਰਕੇ ਇਹਨਾਂ ਦੀ ਜਿਹੜੀ ਪਾਰਟੀ ਦੀ ਫੁੱਟ ਆ ਉਹਦੇ ਨਾਲ ਨੁਕਸਾਨ ਹੋਇਆ। ਇੱਕ ਪਾਸੇ ਕਹਿੰਦਾ ਇੱਕ ਖਹਿਰਾ ਧੜੇ ਦੇ ਨਾਲ MLA ਨੇ ਕੁਛ MLA ਜਿਹੜੇ ਭਗਵੰਤ ਮਾਨ ਦਾ ਧੜਾ ਕਹਿੰਦੇ ਆ, ਮਤਲਬ ਵੀ ਕੇਜਰੀਵਾਲ ਧੜਾ ਕਹਿ ਲਓ, ਉਹਦੇ ਨਾਲ ਚੱਲ ਰਹੇ ਨੇ। ਬਿਲਕੁਲ। ਅਤੇ ਉਹ ਗੱਲਬਾਤ ਤਾਂ ਕੱਲ੍ਹ ਸ਼ੁਰੂ ਹੋਈ ਹੈ, ਪਰ ਹਾਲੇ ਵੀ ਮੇਰਾ ਖਿਆਲ ਹੈ ਕਿ ਕਿਸੇ ਨਤੀਜੇ 'ਤੇ ਨਹੀਂ ਪਹੁੰਚੇ, ਕਿਉਂਕਿ ਧੜਾ ਆਪਣਾ ਖਹਿਰਾ ਧੜਾ ਉਹਨਾਂ ਨੇ ਸ਼ਰਤਾਂ ਰੱਖੀਆਂ ਨੇ। ਜਿਹੜੀ ਬਠਿੰਡਾ ਉਹਨਾਂ ਦੀ ਰੈਲੀ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਕੁਛ ਮਤੇ ਪਾਸ ਕੀਤੇ ਸੀ, ਵੀ ਉਹ ਮਤਿਆਂ ਦੀ ਰੋਸ਼ਨੀ ਵਿੱਚ ਹੀ ਏਕਤਾ ਹੋ ਸਕਦੀ ਹੈ। ਮੇਰਾ ਖਿਆਲ ਹੈ ਕਿ ਕੁਛ ਗੱਲਾਂ ਹਾਲੇ ਭਗਵੰਤ ਮਾਨ ਗਰੁੱਪ ਨੂੰ ਮਨਜ਼ੂਰ ਨਹੀਂ ਹੈਗੀਆਂ, ਪਰ ਦੋਨਾਂ ਧਿਰਾਂ ਨੇ ਜਿਹੜੀ ਕੱਲ੍ਹ ਆਪਣਾ ਸੰਕੇਤ ਦਿੱਤੇ ਨੇ ਉਹਨਾਂ ਤੋਂ ਲੱਗਦਾ ਹੈ ਕਿ ਹੌਲੀ ਹੌਲੀ ਉਹ ਲੱਗਦਾ ਹੈ ਕਿ ਆਪਣੇ ਇਕੱਠੇ ਹੋ ਜਾਣਗੇ। ਕੱਲ੍ਹ ਕੰਵਰ ਸੰਧੂ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਇੱਕ ਸਾਡੀ ਮੀਟਿੰਗ ਹੋਰ ਹੋਏਗੀ, ਉਸ ਤੋਂ ਬਾਅਦ ਹੀ ਪਤਾ ਲੱਗਿਆ ਕਿ ਏਕਤਾ ਹੁੰਦੀ ਹੈ ਕਿ ਨਹੀਂ ਹੁੰਦੀ। ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇੱਕ ਅੱਧੀ ਮੀਟਿੰਗ ਹੋਰ ਹੋਏਗੀ, ਉਸ ਤੋਂ ਬਾਅਦ ਜਿਹੜਾ ਇਹਨਾਂ ਮਨ ਮੁਟਾਵ ਹੈ, ਜੋ ਰੋਸਾ ਹੈ, ਜਾਂ ਪਿਛਲੇ ਸਮੇਂ ਤਲਖੀਆਂ ਹੋਈਆਂ ਨੇ, ਜਾਂ ਇੱਕ ਦੂਜੇ ਦੇ ਖਿਲਾਫ਼ ਜਿਹੜੇ ਬਿਆਨ ਦਿੱਤੇ ਨੇ ਉਹਨਾਂ ਬਾਰੇ ਵੀ ਗੱਲਬਾਤ ਸਾਰੀ ਹੋਏਗੀ, ਤਾਂ ਉਸ ਤੋਂ ਬਾਅਦ ਹੀ ਲੱਗਦਾ ਕਿ ਕੋਈ ਸਭ ਤੋਂ ਤਿੱਖੇ ਬਿਆਨ ਭਗਵੰਤ ਮਾਨ ਹੋਣਾ ਨੇ ਦਿੱਤੇ ਸੀਗੇ ਸੁਖਪਾਲ ਖਹਿਰਾ ਦੇ ਖਿਲਾਫ਼। ਉਹਨਾਂ ਨੇ ਚੇਚਾ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਉੱਪਰ ਇਲਜ਼ਾਮ ਲਗਾ ਤੇ ਕਿ ਹੁਣ ਇਹ ਇੱਕਦਮ ਇਹਨਾਂ ਨੂੰ ਪੰਜਾਬ ਯਾਦ ਆ ਗਿਆ ਅਤੇ ਦਿੱਲੀ ਵੱਖ ਹੋ ਗਿਆ। ਦੇਖੋ, ਹੁਣ ਇੱਕਦਮ ਕੀ ਗੱਲ ਹੋ ਗਈ ਜਿਹੜਾ ਭਗਵੰਤ ਮਾਨ ਆਪ ਮਨਾਉਣ ਜਾ ਰਿਹਾ? ਦੇਖੋ, ਲੋਕਾਂ ਦਾ ਬੜਾ ਪ੍ਰੈਸ਼ਰ ਹੈ ਇਸ ਪਾਰਟੀ 'ਤੇ। ਲੋਕ ਕਹਿੰਦੇ ਕਿ ਜੇ ਤੁਸੀਂ ਨਹੀਂ ਇੱਕ ਹੋਵੋਗੇ ਤਾਂ ਤੁਹਾਡੀ ਫਿਰ ਬੁਰਾ ਹਾਲ ਹੋ ਜਾਏਗਾ, ਅਤੇ ਇਹਨੂੰ ਆਪ ਵੀ ਸਮਝ ਆ ਗਈ ਕਿ ਜੇ ਸਾਡੇ ਵਿੱਚ ਫੁੱਟ ਰਹੀ ਤਾਂ ਅਸੀਂ ਆਉਣ ਵਾਲੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਵਿੱਚ ਬਹੁਤ ਹੀ ਅੱਛੀ ਪਰਫਾਰਮੈਂਸ ਨਹੀਂ ਦੇ ਸਕਾਂਗੇ। ਤੁਹਾਨੂੰ ਯਾਦ ਹੀ ਹੋਣਾ ਕਿ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਇਹਨਾਂ ਨੇ 4 ਸੀਟਾਂ ਜਿੱਤੀਆਂ ਸੀਗੀਆਂ, ਖਾਸ ਕਰਕੇ ਮਾਲਵੇ ਇਲਾਕੇ ਵਿੱਚ ਇਹਨਾਂ ਨੂੰ ਵੱਡੀ ਸਫਲਤਾ ਮਿਲੀ ਸੀ, ਅਤੇ ਹੁਣ ਵੀ ਜਿਹੜੇ ਚਾਹੁੰਦੇ ਨੇ ਕਿ ਇਹ ਆਪਣਾ ਏਕਤਾ ਕੀਤੀ ਜਾਵੇ ਤਾਂ ਕਿ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਅੱਛੀ ਪਰਫਾਰਮੈਂਸ ਦਿੱਤੀ ਜਾਵੇ। ਹਾਲੇ 2 MP ਵੀ ਰੁੱਸੇ ਹੋਏ ਨੇ, ਗਾਂਧੀ ਆਪਣਾ ਧਰਮਵੀਰ ਗਾਂਧੀ ਜਿਹੜੇ ਹੈਗੇ ਨੇ ਉਹ ਵੀ ਕਹਿੰਦੇ ਪਾਰਟੀ ਨਾਲ ਨਾਰਾਜ਼ ਚੱਲ ਰਹੇ ਨੇ ਕਾਫੀ ਦੇਰ ਤੋਂ। ਉਸ 'ਤੇ ਦੂਸਰੇ ਪਾਸੇ ਖਾਲਸਾ ਜਿਹੜੇ ਹੈਗੇ ਨੇ ਉਹ ਵੀ ਨਾਰਾਜ਼ ਚੱਲ ਰਹੇ ਨੇ। ਸੋ ਆਉਣ ਵਾਲੇ ਦਿਨਾਂ 'ਚ ਲੱਗਦਾ ਕਿ ਕੁਛ ਇਸ ਤਰ੍ਹਾਂ ਦੀਆਂ ਮਤਲਬ ਵੀ ਯਤਨ ਹੋਣਗੇ ਤਾਂ ਕਿ ਪਾਰਟੀ ਨੂੰ ਇੱਕ ਸੁਰ ਕੀਤਾ
ਪੰਜਾਬੀ ਸਿੱਖ ਚਿਹਰੇ ਜਿਹੜੇ ਸੀਗੇ ਉਮੀਦਵਾਰ 40 ਉਤਾਰੇ ਗਏ ਸੀ, ਜਿਨ੍ਹਾਂ ਦੇ ਵਿੱਚੋਂ 3 ਹੀ ਜਿੱਤੇ ਨੇ। ਧਾਲੀਵਾਲ ਸਾਹਿਬ, ਵੈਸੇ ਉਹ ਗੜ੍ਹ ਮੰਨਿਆ ਜਾਂਦਾ ਪੰਜਾਬੀਆਂ ਦਾ, ਫਿਰ ਕਿਉਂ 3 ਹੀ ਜਿੱਤੇ ਉੱਥੇ? ਦੇਖੋ, ਬ੍ਰੈਂਪਟਨ ਜਿਹੜਾ ਇਲਾਕਾ ਹੈਗਾ, ਇਹ ਬਿਲਕੁਲ ਕਹਿੰਦਾ ਟੋਰਾਂਟੋ ਦੇ ਨਾਲ ਹੀ ਹੈਗਾ ਜੀ, ਅਤੇ ਇੱਥੇ ਪੰਜਾਬੀਆਂ ਦੀ 70-80% ਆਬਾਦੀ ਜਿਹੜੀ ਹੈਗੀ ਬ੍ਰੈਂਪਟਨ 'ਚ ਹੈਗੀ ਜੀ। ਇਸ ਤੋਂ ਬਿਨਾਂ 2-3 ਸ਼ਹਿਰ ਹੋਰ ਹੈਗੇ ਜਿੱਥੇ ਕਿ ਪੰਜਾਬੀਆਂ ਦੀ ਬਹੁਤ ਆਬਾਦੀ ਹੈਗੀ। ਇੱਕ ਕੈਲਗਰੀ ਹੈਗਾ ਜੀ, ਅਤੇ ਇੱਕ ਕੇਂਦ ਆਪਣਾ ਸਰੀ ਹੈਗਾ। 3 ਜਿਹੜੇ ਵੱਡੇ ਸ਼ਹਿਰ ਆ ਜਿੱਥੇ ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਹੈਗੀ। ਅਤੇ ਪੰਜਾਬੀਆਂ ਨੇ ਪਿਛਲੇ ਤੋਂ ਲੋਕ ਉੱਥੋਂ ਦੀ ਜਿਹੜੀਆਂ ਫੈਡਰਲ ਇਲੈਕਸ਼ਨਸ ਹੋਈਆਂ ਸੀਗੀਆਂ ਉਹਦੇ ਵਿੱਚ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਸੀ। ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਜਿਹੜੇ ਪੰਜਾਬੀ ਨੇ ਉੱਥੇ ਕਈ ਮੰਤਰੀ ਵੀ ਹੈਗੇ ਫੈਡਰਲ ਗਵਰਨਮੈਂਟ ਵਿੱਚ ਜੀ। ਅਤੇ ਇਸ ਵਾਰੀ ਪਰ ਇਹ ਬ੍ਰੈਂਪਟਨ ਵਿੱਚ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀ ਹਾਰ ਦਾ ਸਾਹਮਣਾ ਦੇਖਣਾ ਪਿਆ ਇਹਨਾਂ ਨੂੰ। 40 ਬੰਦੇ ਖੜ੍ਹੇ ਹੋਏ ਸੀਗੇ ਅਤੇ 40 ਦੇ ਵਿੱਚੋਂ ਤਕਰੀਬਨ ਸਿਰਫ 3 ਬੰਦੇ ਹੀ ਜਿੱਤੇ ਨੇ ਇਸ ਚੋਣਾਂ ਵਿੱਚ। ਅਤੇ ਵੱਡੀ ਮਤਲਬ ਕਹਿੰਦੇ ਪੰਜਾਬੀਆਂ ਨੂੰ ਇਸ ਗੱਲ 'ਤੇ ਨਮੋਸ਼ੀ ਹੋਈ ਹੋਏਗੀ। ਮੈਂ ਉਹਦਾ ਕਾਰਨ ਮੈਨੂੰ ਲੱਗਦਾ ਕਿ ਉੱਥੇ ਧੜੇਬੰਦੀ ਬਹੁਤ ਹੋ ਗਈ ਆ, ਗਰੁੱਪਿਜ਼ਮ ਬਹੁਤ ਜ਼ਿਆਦਾ ਹੋ ਗਿਆ ਪੰਜਾਬੀਆਂ ਵਿੱਚ। ਹਰੇਕ ਨੇ ਐਂਬੀਸ਼ਨਸ ਬਹੁਤ ਵੱਡੇ ਵੱਡੇ ਬਣ ਗਏ ਨੇ। ਹਰੇਕ ਬੰਦਾ ਚਾਹੁੰਦਾ ਕਿ ਮੈਂ ਕਹਿੰਦਾ MP ਬਣ ਜਾਵਾਂ, ਮੈਂ ਕਹਿੰਦਾ ਮੈਂ ਕਮਿਸ਼ਨਰ ਬਣ ਜਾਵਾਂ ਜੀ, ਜਾਂ ਮੈਂ ਹੋਰ ਚੋਣਾਂ ਜਿੱਤ ਜਾਵਾਂ। ਅਤੇ ਲੋਕਾਂ ਦੇ ਜਿਹੜੇ ਐਂਬੀਸ਼ਨ ਪੰਜਾਬੀਆਂ ਦੇ ਨਾ ਐਂਬੀਸ਼ਨ ਬਹੁਤ ਜ਼ਿਆਦਾ ਮਤਲਬ ਵੱਧ ਗਏ ਨੇ। ਇਸ ਕਰਕੇ ਲੱਗ ਰਿਹਾ ਕਿ ਜਿਹੜੀ ਗਰੁੱਪਿਜ਼ਮ ਹੈ ਉਹ ਗਰੁੱਪਿਜ਼ਮ ਕਰਕੇ ਹਾਰ ਹੋਈ ਹੈ, ਇਹ ਧੜੇਬੰਦੀ ਕਰਕੇ ਹਾਰ ਹੋਈ ਹੈ ਜੀ। ਬਿਲਕੁਲ, ਸਮਾਂ ਥੋੜ੍ਹਾ ਪਰ ਜਾਂਦੇ ਜਾਂਦੇ ਇੱਕ ਖਬਰ ਜ਼ਰੂਰ ਆਪਾਂ ਲੈ ਲਵਾਂਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਬਿਆਨ ਦਿੱਤਾ, ਉਹਨਾਂ ਕਿਹਾ ਕਿ 2019 ਦੀਆਂ ਚੋਣਾਂ ਤੋਂ ਬਾਅਦ ਭਾਰਤ ਦੇ ਨਾਲ ਦੋਸਤੀ ਦਾ ਹੱਥ ਵਧਾਵਾਂਗੇ। ਇਹ ਦੂਜੀ ਵਾਰ ਆ ਜਿਹੜਾ ਕਿ ਇਹਨੇ ਇਸ ਤਰ੍ਹਾਂ ਦਾ ਬਿਆਨ ਜਿਹੜਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਦਿੱਤਾ ਆਪਣਾ ਚੋਣਾਂ ਜਿੱਤਣ ਤੋਂ ਬਾਅਦ, ਤੁਰੰਤ ਬਾਅਦ ਵੀ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀਗਾ। ਦੇਖਦੇ ਹਾਂ, ਉਹਨਾਂ ਨੂੰ ਪਤਾ ਹੈ ਕਿ ਕਹਿੰਦਾ ਹੁਣ ਅਗਲੀਆਂ ਚੋਣਾਂ ਤੋਂ ਬਾਅਦ ਹੀ ਕੋਈ ਨਾ ਕੋਈ ਗੱਲਬਾਤ ਸ਼ੁਰੂ ਹੋ ਸਕੀ, ਕਿਉਂਕਿ ਕਿਹੜੀ ਪਾਰਟੀ ਦੀ ਸਰਕਾਰ ਆਉਂਦੀ ਹੈ ਕੇਂਦਰ ਵਿੱਚ, ਕਿਹੜੀ ਪਾਰਟੀ ਚੋਣਾਂ ਜਿੱਤਦੀ ਹੈ, ਉਸ ਤੋਂ ਬਾਅਦ ਹੀ ਗੱਲਬਾਤ ਸ਼ੁਰੂ ਹੋ ਸਕੇਗੀ। ਮੇਰਾ ਖਿਆਲ ਹੈ ਕਿ ਉਹਨਾਂ ਨੇ ਬਿਆਨ ਜਿਹੜਾ ਹੈਗਾ ਇਹ ਚੋਣਾਂ ਨੂੰ ਮੁੱਖ ਰੱਖ ਕੇ ਹੀ ਦਿੱਤਾ ਹੈ ਜੀ। ਬਿਲਕੁਲ, ਇਹ 2019 ਦੀਆਂ ਚੋਣਾਂ ਵੀ ਨੇੜੇ ਆ ਗਈਆਂ ਨੇ ਅਤੇ ਫਿਰ ਬਿਆਨਬਾਜ਼ੀ ਜਿਹੜੀ ਕਿਸ ਤਰ੍ਹਾਂ ਨੂੰ ਜਾਂਦੀ ਹੈ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ। ਸੋ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਈਏ। ਧਾਲੀਵਾਲ ਸਾਹਿਬ, ਤੁਹਾਡਾ ਦਿਲੋਂ ਧੰਨਵਾਦ, ਤੁਸੀਂ ਪ੍ਰੋਗਰਾਮ 'ਚ ਵਿਚਾਰ ਰੱਖੇ। ਸੋ ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ, ਧੰਨਵਾਦ।